ਕੋਈ ਇਹਦਾ ਕੋਈ ਮਕਸਦ ਹੈ ਜਦੋਂ ਆਪਾਂ ਆਏ ਹਾਂ ਹਾਲੇਲੂਇਆ ਇਸ ਕਰਕੇ ਸਾਨੂੰ ਉੱਚੀ ਆਵਾਜ਼ ਨਾਲ ਹਾਲੇਲੂਇਆ ਇੱਥੇ ਗੂੰਜ ਪੈਣੀ ਚਾਹੀਦੀ ਹੈ ਯਿਸੂ ਮਸੀਹ ਨਾਸਰੀ ਦੇ ਨਾਂ ਦੇ ਵਿੱਚ ਕਿਉਂਕਿ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਂ ਦੇ ਵਿੱਚ ਅਸੀਂ ਆਏ ਹਾਂ ਉਹਦੇ ਨਾਂ ਨੂੰ ਉੱਚਾ ਕਰਨ ਲਈ ਆਏ ਹਾਂ ਹਾਲੇਲੂਇਆ ਜਿੰਨਾ ਚਿਰ ਪਰਮੇਸ਼ਵਰ ਦੇ ਵਚਨ ਨੇ ਕਿਹਾ ਜਿੰਨਾ ਚਿਰ ਬੱਚਾ ਜਿਹੜਾ ਰੋਂਦਾ ਨਹੀਂ ਨਾ ਤੇ ਮਾਂ ਦੁੱਧ ਨਹੀਂ ਉਹਨੂੰ ਪਿਲਾਉਂਦੀ ਹੈਗੀ ਅੱਜ ਅਸੀਂ ਆਏ ਆਵਾਜ਼ ਉਠਾਉਣ ਦੇ ਲਈ ਕਿ ਸਾਡੇ ਯਿਸੂ ਨਾਸਰੀ ਦੇ ਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੇ ਤਸੱਦ ਹੋ ਰਹੇ ਆ ਚਰਚ ਢਾ ਰਹੇ ਆ ਟਹਿ ਰਹੇ ਆ ਔਰ ਲੋਕਾਂ ਨੂੰ ਵਰਸ਼ਿਪ ਕਰਨ ਲਈ ਪ੍ਰਭੂ ਦਾ ਕੰਮ ਕਰਨ ਦੇ ਲਈ ਬੰਦਗੀ ਕਰਨ ਦੇ ਲਈ ਰੋਕਿਆ ਜਾ ਰਿਹਾ ਹੈ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤਾਂ ਕਿ ਅਸੀਂ ਆਵਾਜ਼ ਜਿਹੜੀ ਕੈਨੇਡਾ ਪਾਰਲੀਮੈਂਟ ਤੱਕ ਪਹੁੰਚੇ ਕੈਨੇਡਾ ਦੇ ਇੱਕ ਇੱਕ ਕੋਨੇ ਤੱਕ ਪਹੁੰਚੇ ਔਰ ਪੰਜਾਬ ਤੱਕ ਪਤਾ ਲੱਗੇ ਕਿ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਮਸੀਹੀ ਲੋਕ ਅੱਜ ਜਿਹੜੇ ਆ ਉਹ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਹਾਲੇਲੂਇਆ ਹਾਲੇਲੂਇਆ